ਹੁਣ ਇਹਦੀ ਅਨਬੋਕਸਿੰਗ ਕਰ ਲਈਏ। ਤੇ ਗੁੱਡੀਆਂ ਗਾਡੀਆਂ ਪੂਰੀ, ਪਿੱਛੇ ਦੋ ਗੁੱਡੇ ਦਾ ਪਿੱਛੇ ਲੱਗੇ ਆ, ਦੋਵੇਂ ਵੱਡੇ ਗੁੱਡੇ ਹੈਗੇ ਆ। ਆਉਂਦੇ ਰਹਿਣਗੇ, ਪਹਿਲੇ ਮੈਂ ਹਫ਼ਤੇ 'ਚ ਇੱਕ ਜਾਂ ਦੋ ਵਲੌਗਸ ਪਾਉਂਦਾ ਸੀ, ਹੁਣ ਤਿੰਨ ਤੋਂ ਚਾਰ ਵਲੌਗਸ ਆਪਣੇ ਆਉਂਦੇ ਰਹਿਣਗੇ। ਤੇ ਹੁਣ ਆਪਾਂ ਪਹਿਲੇ ਚੱਲੀਏ ਹੁਣ ਕੋਠੇ, ਤੇ ਗੁੱਡੀਆਂ ਗੱਡੀ ਉੱਡ ਰਹੀ ਹੈ, ਉਹ ਗੁੱਡੀ ਉੱਡਦੀ ਵੀ ਹੈ। ਥੋੜ੍ਹਾ ਹੋਰ ਤੁਮ ਕਰਦਾ, ਇਹ ਵੇਖੋ ਇਹ ਗੁੱਡੀ ਉੱਡਦੀ ਵੀ, ਇੱਕ ਥੋੜ੍ਹਾ ਬਲਰ ਆ ਗਿਆ ਹੋਣਾ। ਹਾਂ ਇਹ ਉੱਡਦੀ ਵੀ ਹੈ। ਆਪਾਂ ਚੱਲੀਏ ਉਹ ਸਾਹਮਣੇ ਵਾਲੇ ਕੋਠੇ, ਇੱਥੇ ਜਾ ਕੇ ਵਢਾਵਾਂਗੇ ਅਤੇ ਗੁੱਡੀ ਹੈ ਉੱਡ ਪਈਏ। ਅਤੇ ਹੁਣ ਆਪਾਂ ਵੀ ਚੱਲੀਏ ਕੋਠੇ। ਸੋ ਹੁਣ ਆਪਾਂ ਪਹਿਲੇ ਆਪਣੀ ਗੁੱਡੀਆਂ ਫੜ ਲਈਆਂ ਅਤੇ ਫਿਰ ਆਪਾਂ ਚੱਲਦੇ ਹਾਂ ਕੋਠੇ। ਅਤੇ ਗੁੱਡੀਆਂ ਆਪਾਂ ਕੱਲ੍ਹ ਲੈ ਕੇ ਆਏ ਸੀ ਸਾਰੀਆਂ, ਇਹ ਮੁੱਠਾ ਪੂਰਾ ਲੈ ਕੇ ਆਏ। ਹੁਣ ਪਹਿਲੇ ਆਪਾਂ ਕਰ ਲਈਏ ਇਹ ਦੋਨੋਂ ਗੁੱਡੀਆਂ, ਵੈਸੇ ਨਹਾਉਣ ਤੋਂ ਪਈਆਂ ਇਹ। ਇਸ ਤਰ੍ਹਾਂ ਮੁੱਠਾ 'ਚ ਗੁੱਡੀਆਂ ਹੀ ਗੁੱਡੀਆਂ ਗਈ ਸਾਰੀਆਂ, ਸਾਰੀ ਪੌਣੀ ਗੁੱਡੀ ਗਈ ਹੈ। ਅਤੇ ਹੁਣ ਇਹ 'ਚੋਂ ਕੱਢੀਏ ਅਤੇ ਫਿਰ ਆਪਾਂ ਚੱਲੀਏ ਕੋਠੇ। ਡੋਰ ਹੀ ਆਪਣੇ ਕੋਲ ਥੋੜ੍ਹੀ ਜਿਹੀ ਜ਼ਿਆਦਾ ਨਹੀਂ। ਹੁਣ ਮੈਂ ਇਹਨੂੰ ਖੋਲ੍ਹਦਾ ਅਤੇ ਫਿਰ ਮੈਂ ਇਹ 'ਚ ਗੁੱਡੇ ਕੱਢਦਾ। ਹੁਣ ਇਹਦੀ ਅਨਬੋਕਸਿੰਗ ਕਰ ਲਈਏ। ਦੇਖੋ ਗੁੱਡੀਆਂ ਆਪਾਂ ਸਾਰੀਆਂ ਲੈ ਕੇ ਆਏ ਸੀ। ਇਹ 'ਚ ਇੱਕ ਆਪਾਂ ਇਹ ਕੱਢ ਲੈਂਦੇ ਹਾਂ, ਤਿੰਨ ਹੋ ਗਈਆਂ, ਇੱਕ ਕੋਈ ਹੋਰ ਬੜੀ ਹੈ, ਇੱਕ ਅੱਧੀ ਹੋਰ। ਇੱਕ ਆਪਾਂ ਇਹ ਕੱਢ ਲਈਏ। ਇਸ ਕੋਠੇ 'ਤੇ ਮੈਂ ਆ ਗਿਆ ਸੀ, ਪਹਿਲੀ ਗੱਲ ਤਾਂ ਮੈਂ ਫੋਨ ਥੱਲੇ ਭੁੱਲ ਗਿਆ ਸੀ, ਅਤੇ ਫਿਰ ਅਤੇ ਗੁੱਡੀਆਂ ਗਾਡੀਆਂ ਪੂਰੀ ਉੱਡਦੀ ਮੈਂ, ਇੱਕ ਤਾਂ ਇਹ ਉੱਡਦੀ ਪਈ ਹੈ ਅਤੇ ਬਾਕੀ ਉੱਧਰ ਵੀ ਉੱਡਦੀ ਵੀ ਹੈ। ਹਾਂ ਬਾਕੀ ਇੱਧਰ ਵੀ ਉੱਡਦੀ ਪਈ ਹੈ ਅਤੇ ਪਿੱਛੇ ਵੀ ਉੱਡਦੀ ਵੀ ਹੈ। ਅਤੇ ਹੁਣ ਆਪਾਂ ਵੀ ਉਡਾਉਂਦੇ ਹਾਂ ਗੁੱਡੀ, ਅਤੇ ਗੁੱਡੀਆਂ ਆਪਣੀ ਇੱਥੇ ਪਈਆਂ, ਤਲਾਵਾਂ ਤਲੂਵਾਂ ਪਾ ਕੇ ਤੁਹਾਨੂੰ ਮੈਂ ਮਿਲਣਾ ਫਿਰ। ਅਤੇ ਇਹ ਗੁੱਡੀ ਨੂੰ ਤਲਾਵਾਂ ਪਈ ਸੀ ਅਤੇ ਆਪਾਂ ਹੁਣ ਉਡਾਉਣ ਲੱਗੇ, ਅਤੇ ਮੈਂ ਕੈਮਰਾ ਸੈੱਟ ਕੀਤਾ, ਮੈਂ ਕੈਮਰਾ ਫੜਨ ਵਾਲਾ ਕੋਈ ਨਹੀਂ ਗਾ, ਤਾਂ ਥੋੜ੍ਹਾ ਜਿਹਾ ਐਡਜਸਟ ਕਰ ਲਿਓ। ਅਤੇ ਹੁਣ ਮੈਂ ਕੈਮਰਾ ਐਂਗਲ ਲਾਉਣਾ ਅਤੇ ਫਿਰ ਤੁਸੀਂ ਵੇਖੋ। ਗੁੱਡੀ ਡਾ ਲਈਏ ਅਤੇ ਕੋਈ ਕਹਿੰਦਾ ਤੁਹਾਨੂੰ ਦੱਸਦੇ ਹਾਂ ਪਿਕਚਰਾਂ ਦੱਸਦੇ। ਗੁੱਡੀ ਡਾ ਲਈਏ ਅਤੇ ਕੋਈ ਪਿਕਚਰਾਂ ਲਾਉਂਦਾ ਅਤੇ ਫਿਰ ਤੁਹਾਨੂੰ ਦੱਸਦੇ। ਥੋੜ੍ਹਾ ਮੌਸਮ ਵੀ ਉਹੋ ਜਿਹਾ ਹੈ, ਕਲਾਊਡੀ ਕਲਾਊਡੀ ਹੈ, ਚੰਗੀ ਤਰ੍ਹਾਂ ਧੁੱਪ ਧੁੱਪ ਨਹੀਂ ਨਿਕਲੀ ਅਜੇ। ਇਹ ਸਾਰੀ ਗੁੱਡੀ ਬਹੁਤ ਲੇਟ ਹੋ ਗਈ ਹੈ, ਨਵੰਬਰ ਆ ਗਿਆ, ਨਵੰਬਰ ਖਤਮ ਹੋਣ ਨੂੰ ਆ ਗਿਆ ਅਤੇ ਗੁੱਡੀ ਅਜੇ ਇੰਨੀ ਖਾਸ ਨਹੀਂ ਉੱਡਦੀ।
ਇਹ ਮਹੀਨਾ ਆਉਂਦਾ ਵਾ ਗੁੱਡੀ ਦਾ, ਫਿਰ ਦਸੰਬਰ 'ਚ ਫਿਰ ਹੁਣ ਧੁੰਦਾ ਪੈਣੀ ਹੈ, ਫਿਰ ਲੋਹੜੀ 'ਚ ਹਵਾ ਚੱਲੇ ਨਾ ਚੱਲੇ, ਹਮੇ 2-3 ਸਾਲ ਹੋ ਗਏ ਜੇ ਅਤੇ ਗੁੱਡੀ ਸਹੀ ਨਾ ਉੱਡਦੀ ਨਹੀਂ ਪਈ। ਚਲੋ ਹੁਣ ਕੋਈ ਵੇਚਣ ਵਾਲਾ ਆਉਂਦਾ ਫਿਰ ਤੈਨੂੰ ਦੱਸਦਾ। ਗਰਮੀ ਲੱਗਦੀ ਪਈ ਸੀ, ਟੀ ਸ਼ਰਟ ਲਾ ਲਈ ਹੈ ਅਤੇ ਪਿੱਛੇ ਗੁੱਡੀਆਂ ਗਾਡੀਆਂ ਚੰਗੀ ਤਰ੍ਹਾਂ ਉੱਡਦੀ ਪਈਆਂ, ਤੁਹਾਨੂੰ ਜ਼ੂਮ ਕਰਕੇ ਵਾ ਨਾ ਇੱਕ ਵਾਰੀ, ਕੋਈ ਗੁੱਡੀਆਂ ਉੱਡਦੀ ਪਈਆਂ ਸਾਡੇ ਵਾਲੇ ਪਾਸੇ, ਜੇ ਇੱਕ ਵੀ ਨਹੀਂ ਉੱਡਦੀ ਪਈ, ਬਸ ਆਪਣੀ ਖਲੋਤੀ ਗੁੱਡੀ, ਆਹ ਵੇਖੋ ਥੋੜ੍ਹੇ ਬਲਰ ਹੋ ਗਿਆ ਅਤੇ ਹਾਂ ਹੁਣ ਆ ਗਿਆ ਪੂਰਾ। ਪਿੱਛੇ 2 ਗੁੱਡੇ ਦਾ ਪਿੱਛਾ ਲੱਗਿਆ, 2 ਵੱਡੇ ਗੁੱਡੇ ਹੈਗੇ ਆ। ਟੀਚਾ ਲੱਗਾ ਹੋਇਆ ਵੇਖੋ ਕੌਣ ਕਿਹੜਾ ਜਾਂਦਾ ਉੱਡਾ। ਚਲੋ ਇੰਨਾ ਜਿਹਾ ਲੱਗਿਆ ਰਹਿੰਦਾ, ਜਦੋਂ ਵੱਡੇ ਜਾਓ ਤੁਹਾਨੂੰ ਦੱਸਾਂਗਾ। ਮੇਰੇ ਹਿਸਾਬ ਨਾਲ ਗੁਲਾਬੀ ਜਾਊਗਾ। ਸੋ ਗਾਇਸ, ਮੇਰੇ ਨਾਲ ਹਮੇਸ਼ਾ ਐਸਾ ਹੁੰਦਾ ਜਦੋਂ ਮੈਂ ਕੋਠੇ ਚੜ੍ਹਦਾ ਹਵਾ ਹੀ ਬੰਦ ਹੋ ਜਾਂਦੀ ਹੈ, ਅਤੇ ਹੁਣ ਇੱਕ ਬਸ ਮੇਰੀ ਗੁੱਡੀ ਹਵਾ 'ਚ ਹੈਗੀ ਹੈ, ਅਤੇ ਹੁਣ ਜਿਹੜੀ ਇੱਥੇ ਸਾਰੀ ਗੁੱਡੀਆਂ ਉੱਡਦੀ ਪਈ ਸੀ ਸਾਰੀ ਥੱਲੇ ਲਾ ਲਈਆਂ, ਅਤੇ ਪਿੱਛੇ ਵੀ ਇੱਕ ਅੱਧੀ ਗੁੱਡੀ ਉੱਡਦੀ ਪਈ ਹੈ, ਅਤੇ ਹੁਣ ਜਦੋਂ ਹਵਾ ਆਉਂਦੀ ਹੈ ਅਤੇ ਫਿਰ ਵੇਖੋ ਕੀ ਹੁੰਦਾ ਕੀ ਨਹੀਂ ਹੁੰਦਾ, ਅਤੇ ਮੇਰੇ ਨਾਲ ਸੱਚੀ ਹਮੇਸ਼ਾ ਹੀ ਇਸ ਤਰ੍ਹਾਂ ਹੁੰਦਾ ਹੈ। ਸੋ ਗਾਇਸ, ਮੈਨੂੰ ਹੁਣੇ ਇੱਕ ਗਾਣਾ ਚੇਤਾ ਆਇਆ, ਗੁੱਡਾ 12 ਤਾਵਾਂ ਸਿੱਖਣਾ ਤੇ ਜੱਟ ਦਾ। ਆਹ ਦੇਖੋ ਆਪਣਾ 12 ਤਾਵਾਂ ਜਿਹੜਾ ਕੈਮਰੇ 'ਚ ਨੇਰੇ ਨਹੀਂ ਆ ਰਿਹਾ। ਹੁਣ ਥੋੜ੍ਹੀ ਜਿਹੀ ਤੇਜ਼ ਹਵਾ ਆਈ, ਉਹ ਸਾਹਮਣੇ ਝੰਡਾ ਵੀ ਹਿੱਲਣਾ ਸ਼ੁਰੂ ਹੋ ਗਿਆ, ਅਤੇ ਹੁਣ ਦਿਲ ਨੂੰ ਖੁਸ਼ੀ ਹੋ ਰਹੀ ਹੈ, ਅਤੇ ਪਿੱਛੋਂ ਇੱਕ ਗੁੱਡੀ ਉੱਡ ਗਈ ਆ, ਅਤੇ ਹੁਣ ਜੇ ਇਹਨਾਂ ਪੇਚਾ ਲੱਗਿਆ ਕਿਸਮਤ ਨਾਲ ਤਾਂ ਫਿਰ ਲਾਵਾਂਗੇ। ਗਾਇਸ, ਹਵਾ ਤਾਂ ਬੰਦ ਹੋ ਗਈ ਅਤੇ ਗੁੱਡੀ ਪਥਲੇ ਲਾ ਲਈ ਹੈ, ਅਤੇ ਬਸ ਇੱਕ ਗੁੱਡੀ ਉੱਡਦੀ ਵੀ ਸਾਹਮਣੇ, ਕਾਲੀ ਗੁੱਡੀ ਉੱਡਦੀ ਵੀ ਹੈ, ਇਹ ਆਪਣੇ ਯਾਰ ਦੋਸਤ ਹੀ ਗਏ ਆ, ਅਤੇ ਇਹ ਘੱਟ ਨਾ ਆਇਆ ਤੁਹਾਡੇ ਵਾਸਤੇ, ਵੇਖ ਲਓ ਗੁੰਝਲ ਪੈਕਟ ਹੋਰ ਥੋੜ੍ਹੀ ਜਿਹੀ ਆਵਾਜ਼ ਚੱਲੀ ਬਸ, ਹੁਣ ਉਹਨਾਂ ਨਾਲ ਪਿੱਛੇ ਜਾਂਦੇ ਫਿਰ ਤੁਹਾਨੂੰ ਦੱਸਦਾ ਮੈਂ ਕੈਮਰਾ ਵੇਲੇ ਸੈੱਟ ਕਰਨਾ ਫਿਰ। ਇਹ ਗੁੱਡਾ ਹੁਣ ਇੱਧਰੋਂ ਵੀ ਉੱਡ ਗਿਆ, ਫਿਰ ਉਹਨਾਂ ਹੀ ਵੇਚਦਾ ਉਹਨਾਂ ਵੇਚਣਾ ਆਉਂਦਾ।
ਵਾਹ ਬਿਲਕੁਲ ਨੋਰਮਲ ਹੈ, ਨੋਰਮਲ ਅਡੋਲਟ ਵੀ ਆਪੇ ਹਿਸਾਬ ਲਾ ਸਕਦੇ ਆ। ਅਚਾਨਕ ਆ ਗਿਆ ਨਾ ਪਿਕਚਰ ਲਾਉਣ ਵਾਸਤੇ, ਮੈਂ ਧਿਆਨ ਥੋੜ੍ਹਾ ਇੱਧਰ ਹੈਗਾ ਸੀ, ਕੋਈ ਗੱਲ ਨਹੀਂ। ਜਿਹੜਾ ਮੇਰੇ ਵਾਲਾ ਬੂਟਾ, ਕੋਈ ਗੱਲ ਨਹੀਂ, ਹੁਣ ਖਿੱਚਾਂ ਮਾਰਾਂਗੇ, ਵੱਢ ਕੇ ਆਵਾਂਗੇ। ਵੱਢ ਕੇ ਆਈ ਬੂਟਾ, ਬਸ ਇੱਕ ਗੁੱਡੀ ਨੂੰ ਹਵਾ ਲੱਗੀ ਆ, ਗੁੱਡਾ ਬੜੀ ਉੱਪਰ ਹੈ, ਪਤਾ ਨਹੀਂ ਕਿੱਥੋਂ ਉੱਡਿਆ ਗੁੱਡਾ। ਸਾਡਾ ਜਿਹੜਾ ਵਾ ਹਲਕਾ ਬਣਾਇਆ ਪਾਇਆ ਜਿਹੜਾ ਵਾ, ਥੋੜ੍ਹਾ ਇਹਨੂੰ ਭਾਰਾ ਕਰ ਲਾ, ਝੱਪ ਵੀ ਨਹੀਂ ਤਾਂ ਝੱਪ ਖਾਈ ਸਾਰੇ ਅੱਗੇ। ਹੁਣ ਵਲੌਗਸ ਬਹੁਤ ਘੰਟੇ ਨੇ ਵਲੌਗਸ ਆਉਣ ਲੱਗੇ, ਪਰ ਅੱਜ ਹਵਾ ਆਉਣੀ ਸੀ, ਮਤਲਬ ਅੱਜ ਬੜੀ ਕੁਝ ਜੁੜਨੀ ਸੀ। ਗੁੱਡਾ ਪਰ ਥੋੜ੍ਹਾ ਜਿਹਾ ਖਰਾਬ ਹੈ, ਪਰ ਕੋਈ ਗੱਲ ਨਹੀਂ, ਚਲੋ ਸਾਹਮਣੇ ਮੁੰਡਾ ਪਤੰਗ ਡਾਲ ਲਗਾਏ। ਥੋੜ੍ਹਾ ਜਿਹਾ ਐਡਜਸਟ ਕਰ ਲਿਓ, ਕਿਉਂਕਿ ਇਸ ਵਾਰੀ ਕੋਈ ਹੈਗਾ ਨਹੀਂ ਵਲੌਗ ਬਣਾਉਣਾ, ਬੜਾ ਸਾਰੇ ਗਏ ਸੀ ਕਿੱਥੇ, ਅਤੇ ਅਗਲੇ ਵਾਰ ਤੁਹਾਨੂੰ ਵਲੌਗ ਪੂਰਾ ਵਧੀਆ ਮਿਲਣਾ ਦੇਖਣ ਨੂੰ। ਗੁੱਡੇ ਵਾਲਾ ਪਿੱਛਾ ਪਾ ਲਗਾ, ਮੇਰੀ ਟੋਲ ਮਾੜੀ ਜੀ ਖਰਾਬ ਹੋਈ ਹੈ, ਕੋਈ ਗੱਲ ਨਹੀਂ, ਦੱਸ ਪੁੱਤਰ ਤੁਹਾਨੂੰ ਆਪਾਂ ਖਿੱਚੇ ਮਾਰਾਂਗੇ, ਪਹਿਲੇ ਸਾਨੂੰ ਖਿੱਚਿਆ ਵੱਜੇ ਨਾ, ਪਰ ਉਹ ਮੁੰਡੇ ਨੇ ਨਹੀਂ ਮਾਰਿਆ ਸੀ, ਆਪਾਂ ਇਹਨੂੰ ਖਿੱਚਿਆ ਮਾਰਾਂਗੇ, ਚੈੱਕ ਵਾਲੇ ਗੁੱਡੇ ਨੂੰ ਵੇਖੋ ਹੁਣ ਆਪਣਾ ਵੱਢੇ ਜਾਂਦੇ ਉਹਰਾ ਵੱਢਦੇ ਆ। ਜੇ ਉਹਰਾ ਵੱਢਿਆ ਗਿਆ ਨਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਜੇ ਮੇਰਾ ਵੱਢਿਆ ਗਿਆ ਫਿਰ ਵੀ ਕਰ ਦਿਓ। ਤੁਹਾਨੂੰ ਇਹ ਨਹੀਂ ਆਉਂਦਾ ਨਾ ਮੇਰੇ ਗੁੱਡੇ ਦੇ ਉੱਪਰ ਹੀ ਗੁੱਡਾ ਬੜੀ ਦੂਰ ਉੱਡਿਆ ਅਤੇ ਪੂਰਾ ਹਵਾ 'ਚ ਲੱਗਾ ਹੈ।
ਉਹ ਮੁੰਡੇ ਨੇ ਪਤੰਗ ਉਡਾਲੀ ਅੱਗੋ ਅਤੇ ਆਪਣੇ ਫਰੈਂਡ ਨੇ ਪਤੰਗ ਉਡਾਲੀ ਹੈ, ਮੇਰੇ ਗੁੱਡੇ ਦੇ ਨਾਲ ਹੀ ਹੈ। ਮੇਰੀ ਗੱਲ ਕਰਦਾ ਵਾ, ਇਹ ਗੁੱਡਾ ਹੋਇਆ ਸਿਕਸ ਐਕਸ ਜ਼ੂਮ ਤੋਂ ਹਾਰ ਆ, ਗੁੱਡਾ ਪੂਰੀ ਹਵਾ 'ਚ ਲੱਗਾ ਹੈ। ਅਤੇ ਆਪਣਾ ਗੁੱਡਾ ਵੇਖੋ, ਹੁਣ ਨਾਲ ਲੱਗਾ ਵੇਚਣ। ਵੱਡਿਆ ਗਿਆ ਗੁੱਡਾ ਆਪਣਾ, ਡੋਰ ਬੜੀ ਘੱਟ ਹੈਗੀ ਨਾ, ਡੋਰ ਪੁਰਾਣੀ ਹੋ ਗਈ ਮੇਰੀ, ਮੈਂ ਵੀ ਡੋਰ ਲੈ ਕੇ ਆਵਾਂਗਾ। ਕੋਈ ਇੰਨੇ ਫੇਟ ਆਉਂਦੇ ਆ, ਕੋਈ ਗੱਲ ਨਹੀਂ, ਗੁੱਡੀ ਆਪਾਂ ਨੂੰ ਵੱਧ ਹੋ ਗਈ, ਪਰ ਡੋਰ ਦੀ ਕਮੀ ਹੀ ਹੈ। ਹੁਣ ਖਿੱਚਾ ਪਾ ਲਾਂਗਾ, ਖਿੱਚਾ ਇਹ ਗੁੱਡੇ ਢਾ ਲਾਉਣਾ, ਚੱਲੀਏ ਥੱਲੇ ਫਿਰ ਨਾ, ਕੋਈ ਫਾਇਦਾ ਤਾਂ ਹੈਗਾ ਨਹੀਂ ਐਵੇਂ ਉੱਪਰ ਰਹਿਣ ਦਾ, ਹਵਾ ਤਾਂ ਚੱਲਦੀ ਹੈ ਨਹੀਂ ਵੀ। ਮੌਸਮ ਬੜਾ ਜਿਹਾ ਉਹੋ ਜਿਹਾ ਹੈ ਨਾ, ਮੌਸਮ ਵੀ ਸਾਫ਼ ਨਹੀਂ ਹੈਗਾ, ਜਦੋਂ ਮੌਸਮ ਸਾਫ਼ ਹੋ ਜਾਏਗਾ ਨਾ, ਜਿਸ ਦਿਨ ਧੁੱਪ ਚੜ ਗਈ ਨਾ ਵਧੀਆ, ਉਸ ਦਿਨ ਹੁਣ ਡਰ ਰਿਹਾ ਸੀ ਗੱਠ ਤੋਂ ਨਹੀਂ ਗਿਆ, ਵੇਖ ਲਓ ਮੈਂ ਗੱਠ ਬੰਦੀ ਸੀ। ਚਲੋ ਹੁਣ ਦੌੜਦੀ, ਕੋਈ ਗੱਲ ਨਹੀਂ, ਫਿਰ ਚੜਾਵਾਂਗਾ ਗੁੱਡਾ, ਪਲਾਨ ਨੂੰ ਪਹਿਲੇ ਪਾ ਲਈਏ, ਹੁਣ ਖਿੱਚੇ ਮਾਰਾਂਗੇ। ਹਵਾ ਤਾਂ ਹੈਗੀ ਨਹੀਂ ਜੀ, ਤੁਹਾਨੂੰ ਵਲੋਗ ਥੋੜ੍ਹਾ ਜਿਹਾ ਪਸੰਦ ਆਇਆ ਹੋਵੇਗਾ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਪਲੀਜ਼। ਹਵਾ ਸਾਨੂੰ ਹਲਕਾ ਗੱਲ ਹੀ ਹੈ, ਪਹਾੜ ਆਉਂਦਾ ਕੋਈ ਫਾਇਦਾ ਨਹੀਂ ਗਾ, ਹਵਾ ਤਾਂ ਹੈਗੀ ਬਿਲਕੁਲ। ਬਸ ਉੱਪਰ ਮਾੜੀ ਮੋਟੀ ਹਵਾ ਆ ਗਈ ਹੈ, ਅੱਗੇ ਮਾਰ ਮਾਰ ਕੇ ਤੇ ਮੇਰੀ ਬਾਂਹ ਭਿੜਾਉਣਾ ਸ਼ੁਰੂ ਹੋ ਗਈ। ਅਤੇ ਹੁਣ ਮੈਂ ਉਹ ਕਾਲੇ ਗੁੱਡੀ ਨੂੰ ਖਿੱਚਾਂਗਾ,
ਚਲੀਏ ਹੁਣ ਆਪਾਂ ਥੱਲੇ ਚਲੀਏ, ਕੋਈ ਫਾਇਦਾ ਤਾਂ ਹੈ ਨਹੀਂ ਗੁੱਡੀ ਡਾਣ ਦਾ। ਚਲੋ ਆਪਾਂ ਚਲੀਏ ਥੱਲੇ। ਡੋਰ ਡੋਰ ਇਕੱਠੀ ਕਰੀਏ ਅਤੇ ਹੁਣ ਚਲੀਏ ਫਿਰ ਥੱਲੇ। ਅਤੇ ਅੱਜ ਦਾ ਵਲੋਗ ਜੇ ਤੁਹਾਨੂੰ ਪਸੰਦ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਲਾਈਕ ਕਰ ਦਿਓ, ਅਤੇ ਮਿਲਦੇ ਤੁਹਾਨੂੰ ਇੱਕ ਹੋਰ ਇਸੇ ਨਵੇਂ ਵਲੋਗ 'ਚ।